ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਿਮਰ? ਵਧੀਆ, ਤੁਸੀਂ ਸੁਣਾਓ? ਜੀ ਵਧੀਆ। ਸਿਮਰ, ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕਿਹੜੀ ਗੱਲ ਕਰਨੀ ਸੀ? ਸਾਡੀ ਇੰਗੇਜਮੈਂਟ ਤੋਂ ਬਾਅਦ ਸਾਡੀ ਦੋਨੋਂ ਫੈਮਿਲੀਜ਼ ਖੁਸ਼ ਨੇ ਐਂਡ ਅਸੀਂ ਵੀ ਖੁਸ਼ ਹਾਂ, ਅਤੇ ਮੈਨੂੰ ਸਭ ਕੁਛ ਵਧੀਆ ਲੱਗਦਾ, ਤੁਸੀਂ, ਤੁਹਾਡੀ ਫੈਮਿਲੀ, ਐਵਰੀਥਿੰਗ। ਬਟ ਯਾਰ, ਇਸ ਤੋਂ ਬਾਅਦ ਵੀ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕਿਹੜੀ ਗੱਲ ਕਰਨੀ? ਯਾਰ ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ, ਬਟ ਸਿਮਰ, ਜੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਨਾ, ਮੈਂ ਤੁਹਾਡੇ ਨਾਲ ਫੋਨ 'ਤੇ ਨਹੀਂ ਕਰ ਸਕਦੀ, ਤੁਸੀਂ ਮੈਨੂੰ ਮਿਲ ਸਕਦੇ ਹੋ ਪਲੀਜ਼? ਹਾਂਜੀ ਹਾਂਜੀ, ਜ਼ਰੂਰ ਦੱਸੋ। ਅਤੇ ਫਿਰ ਅਸੀਂ ਸ਼ਾਮ ਨੂੰ ਮਿਲ ਸਕਦੇ ਹਾਂ? ਅੱਜ ਸ਼ਾਮ? ਹਾਂਜੀ, ਕੋਈ ਨਹੀਂ, ਮਿਲ ਲੈਂਦੇ ਹਾਂ। ਚਲੋ ਠੀਕ ਹੈ, ਫਿਰ ਆਪਾਂ A1 ਪਾਰਕ 'ਚ ਮਿਲਦੇ ਹਾਂ ਸ਼ਾਮ ਨੂੰ। ਠੀਕ ਹੈ, ਓਕੇ ਜੀ, ਬਾਏ। ਹੋਰ ਸੁਣਾਓ, ਕੀ ਹਾਲ ਚਾਲ? ਵਧੀਆ ਸਿਮਰ, ਤੁਸੀਂ ਦੱਸੋ? ਹਾਂ ਬਸ ਠੀਕ ਠਾਕ। ਤੁਸੀਂ ਕਹਿ ਰਹੇ ਸੀ ਨਾ ਫੋਨ 'ਤੇ ਕੋਈ ਗੱਲ ਕਰਨੀ ਆ। ਹਾਂਜੀ, ਐਕਚੁਲੀ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਕਿਵੇਂ ਕਹਾਂ। ਇਹ ਤੁਹਾਨੂੰ ਪਤਾ ਹੀ ਆ ਕਿ ਹੁਣ ਅਸੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ ਨਵੀਂ, ਅਤੇ ਜੋ ਵੀ ਤੁਹਾਡੇ ਦਿਲ 'ਚ ਗੱਲ ਆ ਤੁਸੀਂ ਖੁੱਲ੍ਹ ਕੇ ਕਰ ਸਕਦੇ ਹਾਂ। ਐਕਚੁਲੀ ਸਿਮਰ, ਮੈਂ ਚਾਹੁੰਦੀ ਸੀ ਕਿ ਜੋ ਮੇਰਾ ਹਸਬੈਂਡ ਹੋਵੇ ਨਾ ਉਹ ਕਟਿੰਗ ਵਾਲਾ ਹੋਵੇ, ਬਟ ਤੁਸੀਂ ਸਰਦਾਰ ਹੋ। ਆਈ ਮੀਨ, ਯੂ ਨੋ ਕਿ ਆਪਣੇ ਪੇਰੈਂਟਸ ਕਹਿ ਰਹੇ ਨੇ ਕਿ ਚਲੋ ਮੁੰਡਾ ਵਧੀਆ, ਫੈਮਿਲੀ ਵਧੀਆ, ਤੁਸੀਂ ਮੈਰਿਜ ਕਰਵਾ ਲਓ, ਬਟ ਮੇਰੀ ਇੱਕ ਰਿਕੁਐਸਟ ਸੀ ਕਿ ਤੁਸੀਂ ਪਲੀਜ਼ ਮੇਰੇ ਲਈ ਆਪਣੀ ਹੇਅਰ ਕੱਟ ਕਰਵਾ ਸਕਦੇ ਹੋ। ਯਾਰ ਐਕਚੁਲੀ ਮੈਂ ਤਾਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਕਿ ਮੈਂ ਹੇਅਰ ਕੱਟ ਕਰਵਾਵਾਂਗਾ ਜਾਂ ਆਪਣੀ ਪੱਗ ਬੰਨਣੀ ਛੱਡਾਂਗਾ। ਇਹ ਮੀਨਸ ਤੁਸੀਂ ਜਦੋਂ ਵੀ ਚਾਹੋ ਤੁਸੀਂ ਪੱਗ ਬੰਨ ਸਕਦੇ ਹੋ, ਮੈਂ ਤੁਹਾਨੂੰ ਕਦੇ ਨਹੀਂ ਰੋਕਾਂਗੀ, ਬਟ ਪਲੀਜ਼ ਆਈ ਰਿਕੁਐਸਟ ਯੂ, ਤੁਸੀਂ ਆਪਣੀ ਹੇਅਰ ਕੱਟ ਕਰਵਾ ਲਓ ਪਲੀਜ਼। ਇਸ ਦੇ ਬਾਰੇ ਮੈਂ ਨਾ ਤੁਹਾਨੂੰ ਸੋਚ ਕੇ ਦੱਸਾਂਗਾ, ਕਿਉਂਕਿ ਸਿੱਖੀ ਨਾਲ ਜੁੜੀ ਸਾਡੀ ਸਾਰੀ ਫੈਮਿਲੀ, ਅਤੇ ਮੈਂ ਕੇਸ ਨਹੀਂ ਕਤਲ ਕਰਵਾ ਸਕਦਾ। ਫਿਰ ਵੀ ਮੈਂ ਇਸ 'ਤੇ ਵਿਚਾਰ ਜ਼ਰੂਰ ਕਰਾਂਗਾ, ਕਿਉਂਕਿ ਅਸੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਦੋਵੇਂ ਜਾਣੇ ਸਲਾਹ ਨਾਲ ਚੱਲਾਂਗੇ ਤਾਂ ਹੀ ਗੱਲ ਬਣੇਗੀ। ਓਕੇ ਜੀ, ਤੁਹਾਡਾ ਜੋ ਵੀ ਡਿਸੀਜਨ ਹੋਊਗਾ ਤੁਸੀਂ ਮੈਨੂੰ ਡਿਸਾਈਡ ਕਰਕੇ ਦੱਸ ਦਿਓ। ਠੀਕ। ਹੋਰ ਸਿਮਰ ਬਾਈ, ਕੀ ਹਾਲ ਆ? ਬਸ ਵਧੀਆ ਯਾਰ, ਤੂੰ ਸੁਣਾ? ਵਧੀਆ ਵਧੀਆ, ਠੀਕ ਠਾਕ। ਅਤੇ ਯਾਰ ਫੋਨ ਕਰਨ ਡਿਆ, ਕੀ ਗੱਲ ਹੋ ਗਈ? ਉਹ ਯਾਰ ਕੱਲ੍ਹ ਨਾ ਮੈਨੂੰ ਪ੍ਰੀਤ ਦਾ ਫੋਨ ਆਇਆ ਸੀ, ਅਤੇ ਯਾਰ ਉਹ ਕਹਿ ਰਹੀ ਆ ਕਿ ਮੈਨੂੰ ਸਰਦਾਰ ਪਸੰਦ ਨਹੀਂ ਆ, ਤੁਸੀਂ ਕਟਿੰਗ ਕਰਵਾ ਲਓ। ਅਤੇ ਯਾਰ ਤੈਨੂੰ ਤਾਂ ਪਤਾ ਹੀ ਆ ਕਿ ਸਾਡੀ ਸਾਰੀ ਫੈਮਿਲੀ ਸਿੱਖੀ ਨਾਲ ਜੁੜੀ ਆ, ਕਟਿੰਗ ਕਰਵਾਉਣਾ ਤਾਂ ਯਾਰ ਮੇਰੇ ਲਈ ਬਹੁਤ ਔਖਾ ਕੰਮ ਆ। ਅਤੇ ਯਾਰ ਕੱਲ੍ਹ ਦਾ ਉਹੀ ਨਾ ਮੇਰਾ ਤਾਂ ਯਾਰ ਦਿਮਾਗ ਖਰਾਬ ਹੋਇਆ ਪਿਆ ਆ ਕਿ ਕੀ ਜਵਾਬ ਦੇਵਾਂ ਮੈਂ ਉਹਨੂੰ। ਵੀਰੇ ਮੈਂ ਤਾਂ ਇੱਕੋ ਸਲਾਹ ਦੇਵਾਂਗਾ ਕਿ ਤੈਨੂੰ ਪਤਾ ਪਹਿਲਾਂ ਮੈਂ ਵੀ ਦਾੜੀ ਕੇਸ ਰੱਖੇ ਹੋਏ ਸੀਗੇ, ਅਤੇ ਮੈਨੂੰ ਤਾਂ ਕੋਈ ਸਮਝਾਉਣ ਵਾਲਾ ਨਹੀਂ ਸੀਗਾ, ਮੈਂ ਤਾਂ ਕਟਿੰਗ ਕਰਵਾ ਦਿੱਤੀ। ਅਤੇ ਮੈਂ ਤਾਂ ਵੀਰੇ ਤੈਨੂੰ ਇੱਕੋ ਸਲਾਹ ਦੇਵਾਂਗਾ ਕਿ ਤੂੰ ਕਟਿੰਗ ਨਾ ਕਰਵਾਈ। ਯਾਰ ਉਹ ਤਾਂ ਗੱਲ ਤੇਰੀ ਠੀਕ ਆ ਕਿ ਕਟਿੰਗ ਤਾਂ ਮੇਰਾ ਵੀ ਨਹੀਂ ਦਿਲ ਕਰਦਾ ਕਰਾਉਣ ਦਾ, ਪਰ ਯਾਰ ਮੈਂ ਹੁਣ ਉਸਨੂੰ ਕੀ ਜਵਾਬ ਦੇਵਾਂ, ਮੈਂ ਉਸਨੂੰ ਕਿੱਦਾਂ ਸਮਝਾਵਾਂ? ਠੀਕ ਆ ਵੀਰੇ, ਇੱਦਾਂ ਵਾ ਵੀ ਤੁਹਾਡੀ ਤਾਂ ਮੰਗਣੀ ਵੀ ਹੋ ਚੁੱਕੀ ਹੈ, ਅਤੇ ਤੂੰ ਇੱਦਾਂ ਕਰ ਵੀ ਉਹਨੂੰ ਕਹਿ ਮੈਂ ਵਿਆਹ ਤੋਂ ਬਾਅਦ ਕਟਿੰਗ ਕਰਵਾ ਲਾਂਗਾ। ਵਿਆਹ ਤੋਂ ਬਾਅਦ ਪਤਾ ਨਹੀਂ ਯਾਰ ਉਹ ਮੰਨੇ ਕਿ ਨਾ ਮੰਨੇ। ਤੂੰ ਵੀਰੇ ਉਹਨੂੰ ਕਹਿ ਵੀ ਮੈਂ ਵਿਆਹ ਤੋਂ ਬਾਅਦ ਕਟਿੰਗ ਕਰਵਾ ਲਾਂਗਾ, ਹੋ ਸਕਦਾ ਉਹਦਾ ਮਨ ਬਦਲ ਜੇ। ਹਾਂ ਇੱਦਾਂ ਠੀਕ ਹੈ ਯਾਰ ਵਿਆਹ ਤੋਂ ਬਾਅਦ ਹੋ ਸਕਦਾ ਉਹਦਾ ਮਨ ਬਦਲ ਜਾਵੇ। ਹਾਂਜੀ, ਕਿਆ ਚਾਹੀਏ ਸਰਦਾਰ ਜੀ? ਇੱਕ ਟ੍ਰੋਪਿਕਾ ਨਾ ਜੂਸ ਹੈ ਭਈਆ? ਹੈ ਸਰਦਾਰ ਜੀ, ਭਈਆ ਦੇ ਦਿਓ ਟ੍ਰੋਪਿਕਾ ਨਾ ਜੂਸ। ਇਹ ਲਓ ਸਰਦਾਰ ਜੀ।
ਜਾਣ ਸਾਡੀ ਛੁੱਟੇ ਨਹੀਂ ਹੈ ਸਰ। ਛੁੱਟੇ ਤੋਂ ਯਾਰ ਮੇਰੇ ਪਾਸ ਵੀ ਨਹੀਂ ਹੈ ਭਾਈ। ₹20 ਹੈ। ਕੋਈ ਬਾਤ ਨਹੀਂ ਸਰਦਾਰ ਜੀ, ਬਾਕੀ ਕੋਈ ਬਾਤ ਨਹੀਂ, ਬਾਅਦ ਮੈਂ ਕਰ ਲਵਾਂਗਾ। ਹਾਂ ਕੋਈ ਬਾਤ ਨਹੀਂ, ਆਪ ਬਾਅਦ ਮੈਂ ਦੇ ਜਾਣਾ ਸਰਦਾਰ ਜੀ। ਠੀਕ ਹੈ ਭਾਈ। ਅੱਜ ਬੜਾ ਆਦਰ ਸਤਿਕਾਰ ਮਿਲ ਰਿਹਾ ਸੀ ਤੁਹਾਨੂੰ। ਕਰਿਆਣੇ ਵਾਲਿਆਂ ਨੇ ਸਾਰਿਆਂ ਨੂੰ ਇਗਨੋਰ ਕਰਕੇ ਤੁਹਾਨੂੰ ਪਹਿਲਾਂ ਜੂਸ ਦਿੱਤਾ, ਤੇ ਗੋਲ ਗੱਪੇ ਵਾਲਿਆਂ ਨੇ ਤੁਹਾਡੇ ਪੈਸੇ ਛੱਡਤੇ, ਰੈਸਟੋਰੈਂਟ ਵਾਲਿਆਂ ਨੇ ਤੁਹਾਨੂੰ ਸਪੈਸ਼ਲ ਟੇਬਲ ਦਿੱਤਾ। ਆਖਿਰ ਰਾਜ ਕੀ ਹੈ ਸਭ ਦਾ? ਇਹ ਆਦਰ ਸਤਿਕਾਰ ਮੇਰਾ ਨਹੀਂ, ਮੇਰੀ ਪੱਗ ਦਾ ਹੋ ਰਿਹਾ ਸੀ। ਤੇ ਤੈਨੂੰ ਪਤਾ, ਜੇ ਕਿਸੇ ਚਾਈਨੀ ਚੀਜ਼ ਨਾਲ ਵੀ ਕਿਸੇ ਬ੍ਰਾਂਡ ਦਾ ਲੋਗੋ ਲਾ ਦਿੱਤਾ ਜਾਵੇ ਤਾਂ ਉਹ ਵੀ ਹਜ਼ਾਰਾਂ ਦੀ ਵਿਕ ਜਾਂਦੀ ਹੈ, ਤੇ ਜੇ ਕਿਸੇ ਬ੍ਰਾਂਡਡ ਚੀਜ਼ ਨਾਲੋਂ ਉਸਦਾ ਲੋਗੋ ਉਤਾਰ ਦਿੱਤਾ ਜਾਵੇ ਤਾਂ ਉਹ ਵੀ ਸਸਤੀ ਹੋ ਜਾਂਦੀ ਹੈ। ਇਹ ਸਿੱਖੀ ਮੈਨੂੰ ਮੇਰੇ ਗੁਰੂਆਂ ਤੋਂ ਮਿਲੀ ਹੈ ਤੇ ਮੈਂ ਸੰਭਾਲ ਕੇ ਰੱਖੀ ਹੈ। ਤੇ ਤੂੰ ਕਹਿ ਰਹੀ ਸੀ ਕਿ ਪੱਗ ਉਤਾਰ ਦਿਓ, ਕੇਸ ਕਤਲ ਕਰਾ ਦਿਓ, ਕਟਿੰਗ ਕਰਾ ਲਓ। ਇਹ ਮੇਰੀ ਸਰਦਾਰੀ ਇੱਕ ਬ੍ਰਾਂਡ ਹੈ ਤੇ ਪੱਗ ਉਸ ਬ੍ਰਾਂਡ ਦਾ ਲੋਗੋ ਹੈ। ਜੇ ਲੋਗੋ ਹੀ ਉਤਾਰ ਦਿੱਤਾ ਜਾਵੇ ਤਾਂ ਫਿਰ ਬ੍ਰਾਂਡ ਦਾ ਕੀ ਮੁੱਲ ਪਵੇਗਾ, ਤੂੰ ਆਪ ਦੱਸ। ਤੇ ਕਮਲੀਏ, ਤੈਨੂੰ ਤਾਂ ਬ੍ਰਾਂਡ ਮਿਲਿਆ ਏ ਤੇ ਤੂੰ ਕਹਿੰਦੀ ਏ ਬ੍ਰਾਂਡ ਦਾ ਲੋਗੋ ਹੀ ਉਤਾਰ ਦੋ। ਯਾਰ ਤੁਸੀਂ ਨਾ ਪੱਗ ਹੀ ਬੰਨਿਆ ਕਰੋ ਹਮੇਸ਼ਾ, ਸਰਦਾਰ ਨਾਲ ਘੁੰਮਣ ਦਾ ਤਾਂ ਮਜ਼ਾ ਹੀ ਅਲੱਗ ਹੈ। ਮੈਨੂੰ ਤਾਂ ਅੱਜ ਪਤਾ ਲੱਗਿਆ।